ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਮੁੱਖ ਖੇਤੀਬਾੜੀ ਅਫਸਰ ਡਾਕਟਰ ਅਰਵਿੰਦਰ ਸਿੰਘ ਸ਼ੀਨਾ ਵੱਲੋਂ ਬਲਾਕ ਰੁੜਕਾ ਕਲਾਂ ਦਾ ਦੌਰਾ ਕੀਤਾ ਗਿਆ। ਰੁੜਕਾ ਕਲਾਂ ਪਹੁੰਚਣ ਤੇ ਖੇਤੀਬਾੜੀ ਅਫਸਰ ਡਾਕਟਰ ਰਣਜੀਤ ਸਿੰਘ ਚੌਹਾਨ ਨੇ ਫੁੱਲਾਂ ਦਾ ਗੁਲਦਸਤਾ ਭੇਂਟ ਕੀਤਾ। ਵਿਜ਼ਿਟ ਦੌਰਾਨ ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਜਿਹੋ ਜਿਹਾ ਦਫ਼ਤਰ ਰੁੜਕਾ ਕਲਾਂ ਬਾਰੇ ਸੁਣਿਆ ਸੀ ਉਸ ਤੋਂ ਕਿਤੇ ਵਧੀਆ ਇਸ ਦਫ਼ਤਰ ਨੂੰ ਦੇਖਿਆ। ਖੇਤੀਬਾੜੀ ਦੀਆਂ ਸਾਰੀਆਂ ਤਕਨੀਕਾਂ ਨਾਲ ਭਰਪੂਰ ਇਸ ਦਫ਼ਤਰ ਵਿੱਚ ਜੋ ਪ੍ਰਦਰਸ਼ਨੀਆਂ ਲਗਾਈਆਂ ਗਈਆਂ ਹਨ ਉਹ ਕਿਸਾਨਾਂ ਲਈ ਅਤੇ ਆਮ ਲੋਕਾਂ ਲਈ ਸਹਾਰਨਯੋਗ ਹਨ। ਉਹਨਾਂ ਕਿਹਾ ਕਿ ਭਾਵੇਂ ਬਲਾਕਾਂ ਵਿੱਚ ਸਟਾਫ ਦੀ ਕਾਫੀ ਘਾਟ ਹੈ ਪਰ ਫਿਰ ਵੀ ਵਿਭਾਗ ਆਪਣੀ ਸਮਰੱਥਾ ਤੋਂ ਵੱਧ ਕੇ ਕੰਮ ਕਰ ਰਿਹਾ ਹੈ। ਇਸ ਵਾਰ ਭਾਰਤ ਸਰਕਾਰ ਦੀ ਮਦਦ ਨਾਲ ਜ਼ਿਲ੍ਹੇ ਵਿੱਚ ਇੰਸਟੀਟਿਊ ਮੈਨੇਜਮੈਂਟ ਵਿੱਚ ਕਾਫੀ ਪੈਸਾ ਝੋਨੇ ਦੀ ਪਰਾਲੀ ਨੂੰ ਸਾਂਭਣ ਸੰਬੰਧੀ ਆਇਆ ਜਿਸ ਵਿੱਚ ਮਸ਼ੀਨਾਂ ਦੇ ਉੱਤੇ ਸਬਸਿਡੀ ਦਿੱਤੀ ਗਈ ਅਤੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਕੈਂਪ ਲਗਵਾਉਣ ਵਾਸਤੇ ਅਤੇ ਪ੍ਰਦਰਸ਼ਨੀਆਂ ਲਗਾਉਣ ਲਈ ਪੈਸਾ ਆਇਆ ਅਤੇ ਇਸ ਦੀ ਮਦਦ ਨਾਲ ਪੂਰੇ ਪੰਜਾਬ ਵਿੱਚ ਬਹੁਤ ਕੰਮ ਕੀਤਾ ਗਿਆ। ਉਹਨਾਂ ਕਿਹਾ ਕਿ ਮੈਂ ਉਮੀਦ ਕਰਦਾ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਬਾਕੀ ਅਧਿਕਾਰੀ ਵੀ ਡਾਕਟਰ ਰਣਜੀਤ ਸਿੰਘ ਚੌਹਾਨ ਵਾਂਗ ਕੰਮ ਕਰਨਗੇ ਅਤੇ ਕਿਸਾਨਾਂ ਦੀ ਸੇਵਾ ਕਰਨਗੇ। ਇਸ ਮੌਕੇ ਉਹਨਾਂ ਨਾਲ ਡਾਕਟਰ ਬਲਜਿੰਦਰ ਸਿੰਘ ਭੁੱਲਰ, ਡਾਕਟਰ ਦਿਲਬਾਗ ਸਿੰਘ ਸੋਹਲ, ਟ੍ਰੇਨਿੰਗ ਅਫਸਰ ਜਲੰਧਰ ਆਦਿ ਹਾਜ਼ਰ ਸਨ। ਅੱਜ ਅਸੀਂ ਰੁੜਕਾ ਬਲਾਕ ਦੇ ਐਗਰੀਕਲਚਰ ਅਫਸਰ ਦੇ ਦਫ਼ਤਰ ਵਿੱਚ ਵਿਜ਼ਿਟ ਕੀਤਾ। ਮੈਨੂੰ ਆਏ ਨੂੰ ਇੱਥੇ ਤਕਰੀਬਨ 2.5 ਮਹੀਨੇ ਹੋਏ ਆ ਅਤੇ ਮੈਨੂੰ ਪਹਿਲੀ ਵਾਰੀ ਇੱਥੇ ਦਫ਼ਤਰ ਦੇਖਣ ਦਾ ਮੌਕਾ ਮਿਲਿਆ। ਮੈਂ ਦੇਖ ਕੇ ਹੈਰਾਨ ਰਹਿ ਗਿਆ ਕਿ ਇੰਨਾ ਸੋਹਣਾ ਇਹਨਾਂ ਨੇ ਦਫ਼ਤਰ ਬਣਾਇਆ ਔਰ ਮੇਨਟੇਨ ਕੀਤਾ, ਜਿਹੜਾ ਕਿ ਬਹੁਤ ਹੀ ਮੁਸ਼ਕਿਲ ਕੰਮ ਆ। ਬਾਕੀ ਸਾਡੇ ਹੁਣ ਐਗਰੀਕਲਚਰ ਮਹਿਕਮੇ ਦੁਆਰਾ ਇੱਕ ਇੰਸਟੀਟਿਊਟ ਸਕੀਮ ਚਲਾਈ ਗਈ ਹੈ ਜਿਹਦੇ ਵਿੱਚ ਜ਼ਿਮੀਂਦਾਰਾਂ ਨੂੰ ਪਰਾਲੀ ਨਾ ਸਾੜਨ ਲਈ ਪ੍ਰੇਰਿਤ ਕੀਤਾ ਜਾ ਰਿਹਾ, ਜਿਸ ਦੇ ਸੰਬੰਧ ਵਿੱਚ ਅਸੀਂ ਪੱਬਾਂ ਭਾਰ ਹੋ ਕੇ ਜ਼ੋਰ ਲਗਾਇਆ। ਸਭ ਤੋਂ ਪਹਿਲਾਂ ਅਸੀਂ ਜ਼ਿਲ੍ਹੇ ਦੇ ਸਾਰੇ ਪਿੰਡਾਂ ਵਿੱਚ ਪ੍ਰਚਾਰ ਵੈਨਾਂ ਚਲਾਈਆਂ ਜਿਹਦੇ ਉੱਤੇ ਪਰਾਲੀ ਨਾ ਸਾੜਨ ਦੇ ਪ੍ਰਚਾਰ ਲਈ ਬੋਰਡ ਲਗਾਏ ਸੀ ਅਤੇ ਆਡੀਓ ਸਿਸਟਮ ਵੀ ਲਗਾਇਆ ਗਿਆ ਸੀ। ਇਹ ਵੈਨਾਂ ਅਸੀਂ 10 ਦਿਨਾਂ ਬਾਅਦ ਫਿਰ ਇੱਕ ਵਾਰੀ ਦੁਬਾਰਾ ਪਿੰਡਾਂ ਵਿੱਚ ਚਲਾਈਆਂ ਗਈਆਂ। ਇਸ ਤੋਂ ਇਲਾਵਾ ਅਸੀਂ ਇੱਕ ਜ਼ਿਲ੍ਹਾ ਪੱਧਰ ਦਾ ਕੈਂਪ ਲਗਾਇਆ ਸ਼ਾਹਕੋਟ ਵਿਖੇ, ਜਿਸ ਵਿੱਚ ਵੀ ਮੇਨ ਸਟ੍ਰੈਸ ਸਾਰਾ ਇਸੇ ਗੱਲ 'ਤੇ ਦਿੱਤਾ ਗਿਆ ਕਿ ਪਰਾਲੀ ਨੂੰ ਨਾ ਸਾੜਿਆ ਜਾਵੇ ਅਤੇ ਇਸ ਨੂੰ ਜ਼ਮੀਨ ਵਿੱਚ ਹੀ ਵਾਹਿਆ ਜਾਵੇ, ਜਿਸ ਦੇ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵੱਧਦੀ ਹੈ। 1 ਟਨ ਪਰਾਲੀ ਨੂੰ ਜ਼ਮੀਨ ਵਿੱਚ ਵਾਹੁਣ ਦੇ ਨਾਲ ਤਕਰੀਬਨ 1.5 ਕਿਲੋ ਨਾਈਟ੍ਰੋਜਨ, ਇੰਨੀ ਹੀ ਫਾਸਫੋਰਸ ਅਤੇ ਕਾਫੀ ਮਾਤਰਾ ਵਿੱਚ ਪੋਟਾਸ਼ ਵੀ ਜ਼ਮੀਨ ਵਿੱਚ ਮਿਕਸ ਹੋ ਜਾਂਦੀ ਹੈ ਅਤੇ ਜ਼ਮੀਨ ਅੱਗ ਨਾ ਲਾਉਣ ਨਾਲ ਜ਼ਮੀਨ ਵਿੱਚ ਜਿਹੜੇ ਕੋਈ ਜ਼ਮੀਨ ਦੀ ਉਪਜਾਊ ਸ਼ਕਤੀ ਵਧਾਉਣ ਵਾਲੇ ਬੈਕਟੀਰੀਆ ਹੁੰਦੇ ਆ ਉਹ ਵੀ ਬਚ ਜਾਂਦੇ, ਜਿਹਦੇ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵੱਧਦੀ ਹੈ। ਸਾਡੇ ਜ਼ਿਲ੍ਹੇ ਵਿੱਚ ਕਾਫੀ ਘੱਟ ਅੱਗ ਲੱਗੀ ਹੈ ਦੂਜੇ ਜ਼ਿਲ੍ਹਿਆਂ ਦੇ ਮੁਕਾਬਲੇ ਨਾਲ। ਅਸੀਂ ਜ਼ਿਮੀਂਦਾਰਾਂ ਦੇ ਬੜੇ ਧੰਨਵਾਦੀ ਹਾਂ। ਇਹ ਬੇਨਤੀ ਕਰਨਾ ਕਿ ਅੱਗ ਲਾਉਣ ਦਾ ਜਿਹੜਾ ਰੁਝਾਨ ਹੈ ਉਹ ਖਤਮ ਕੀਤਾ ਜਾਵੇ।